मूविंग कॉइल गैल्वानोमीटर ਦੇ ਅੰਦਰ ਜੋ ਕੋਇਲ ਹੈ ਉਹ ਕਦੋਂ ਤੱਕ ਰੋਟੇਟ ਕਰੇਗੀ ਟਿਲ ਡਿਫਲੈਕਟਿੰਗ ਟਾਰਕ ਐਕਟਿੰਗ ਔਨ ਦੀ ਕੋਇਲ ਜੋ ਡਿਫਲੈਕਟਿੰਗ ਟਾਰਕ ਹੈ ਕਾਦੇ ਉੱਪਰ ਐਕਟ ਕਰਦੀ ਹੈ ਕੋਇਲ ਦੇ ਉੱਪਰ ਕਾਦੇ ਕਾਰਨ ਉਹ ਆਈ ਹੈ ਟਾਰਕ ਕਿਉਂ ਪ੍ਰੋਡਿਊਸ ਹੋਈ ਹੈ ਡਿਊ ਟੂ ਫਲੋ ਆਫ ਕਰੰਟ ਉਹਨੂੰ ਬੈਲੈਂਸ ਕੌਣ ਕਰ ਰਿਹਾ ਹੈ ਰੀਸਟੋਰਿੰਗ ਟਾਰਕ ਉਨੇ ਰੀਸਟੋਰਿੰਗ ਜੋ ਟਾਰਕ ਹੈ ਦਾ origin ਕਿ ਹੋਏਗਾ ਇਟ ਇਸ ਡਿਵੈਲਪਡ ਇਨ தி ਸਸਪੈਂਸ਼ਨ ਵਾਇਰ ਡਿਊ ਟੂ ਟਵਿਸਟਿੰਗ ਜਦੋਂ ਵਾਇਰ ਜੋ ਹੈ ਸਸਪੈਂਸ਼ਨ ਵਾਇਰ ਹੈ ਉਹ ਜਦੋਂ ਕੋਇਲ ਉਹਦੇ ਨਾਲ ਅਟੈਚਡ ਹੈ ਕੋਇਲ ਰੋਟੇਟ ਕਰੇਗੀ ਤਾਂ ਨੇਚਰਲੀ ਜਿਹੜੀ ਵਾਇਰ ਹੈ ਉਹਦੇ 'ਚ ਟਵਿਸਟ ਆਏਗਾ ਠੀਕ ਹੈ اور ਜਿਹੜੀ ਟਾਰਕ ਪ੍ਰੋਡਿਊਸ ਹੋਏਗੀ दैट इज नोन एज ਰੀਸਟੋਰਿੰਗ ਟਾਰਕ اور ਕੋਇਲ ਕਦੋਂ ਤੱਕ ਰੋਟੇਟ ਕਰੇਗੀ ਜਦੋਂ ਤੱਕ ਡਿਫਲੈਕਟਿੰਗ ਟਾਰਕ ਕਾਦੇ ਬਰਾਬਰ ਹੋ ਜਾਏਗਾ ਰੀਸਟੋਰਿੰਗ ਟਾਰਕ ਦੇ ਬਰਾਬਰ ਹੋ ਜਾਏਗਾ ਠੀਕ ਹੈ ਜੀ اور ਇਸ ਤੋਂ ਬਾਅਦ ਜਿਹੜੀ ਹੈ ਕੋਇਲ ਆਪਣੇ ਆਪ ਜੋ ਹੈ ਰੈਸਟ ਪੋਜੀਸ਼ਨ ਤੇ ਆ ਜਾਏਗੀ ਹੁਣ ਇਸ ਤੋਂ ਬਾਅਦ ਅਸੀਂ ਟਾਰਕ ਕੈਲਕੂਲੇਟ ਕਰਨ ਦਾ ਫਾਰਮੂਲਾ ਲਿਖਾਂਗੇ ਉਹਦੇ ਲਈ ਅਸੀਂ ਦੁਬਾਰਾ ਤੋਂ ਜੋ ਹੈ ਡਾਇਗਰਾਮ ਨੂੰ ਇਸ ਤਰ੍ਹਾਂ ਬਣਾ ਲਾਂਗੇ ਕਿਉਂਕਿ ਜੋ ਟਾਰਕ ਹੈ ਉਹਦੇ ਲਈ ਸਾਨੂੰ ਇੱਕ ਤਾਂ ਪਰਪੈਂਡੀਕੂਲਰ ਡਿਸਟੈਂਸ ਚਾਹੀਦਾ ਹੈ ਇੱਕ ਅਸੀਂ ਮੈਗਨੀਟਿਊਡ ਆਫ ਆਈਦਰ ਫੋਰਸ ਕਨਸਿਡਰ ਕਰਨਾ ਹੈ ਠੀਕ ਹੈ ਫੋਰਸਸ ਲਗਾ ਦਿਖਾ ਸੀ ਇੱਥੇ ਲਿਖ ਦਿੱਤੀਆਂ ਮੈਗਨੇਟਿਕ ਫੀਲਡ ਜੋ ਹੈ ਇਸ ਡਾਇਰੈਕਸ਼ਨ 'ਚ ਹੈ ਉਹ ਬਣਾ ਦਿੱਤਾ ਸੀ ਇੱਥੇ ਰਾਈਟ ਔਰ ਇਸ ਲਾਈਨ ਨੂੰ ਲਾਈਨ ਆਫ ਐਕਸ਼ਨ ਨੂੰ ਅਸੀਂ ਏ ਡੀ ਕਰ ਦਿੱਤਾ ਡੀ ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡਰਾ ਕਰ ਰਹੇ ਹਾਂ ठीक है परपेंडिकुलर जो है के ते है नाइनटी डिग्री और ये पॉइंट है ए ठीक हम उस तो असी इतने की करना है और ये जो है साढ़े को ब्रैथ है दैट इज़ बी ठीक जो असी पिछे भी कर चुके हैं उस तो बाद वाला जो है ए वाली लाइन यू असी लिख देंगे बी कोस एल्फा क्योंकि यह एंगल अगर सपोज अल्फा कंसीडर किया तो ट्रिग्नोमेट्रिक के अकॉर्डिंगली वाली लाइन जो है यदि जो असी लेंथ कंसीडर कर ली दैट इज़ कोज एल्फा ठीक है जिदा एज यू नो बेस अपॉन हाई पोटिन्यूज है वेद अकॉर्डिंगली असं इतें कॉज अल्फा जो है दैट इज़ बी कोज अल्फा एस के डी लेंथ है या डी के लेंथ है ਉਸ ਤੋਂ ਬਾਅਦ ਅਸੀਂ ਇੱਥੇ ਕੀ ਲਿਖਾਂਗੇ ਸਾਡੇ ਕੋਲ ਜੋ ਹੈ ਅਸੀਂ ਇੱਥੇ ਕਹਿ ਦਾਂਗੇ ਡਿਫਲੈਕਟਿੰਗ ਟਾਰਕ ਸਭ ਤੋਂ ਪਹਿਲਾਂ ਅਸੀਂ ਇੱਥੇ ਐਕਸਪ੍ਰੈਸ਼ਨ ਲਿਖਾਂਗੇ ਡਿਫਲੈਕਟਿੰਗ ਟਾਰਕ ਦਾ ਠੀਕ ਹੈ ਉਹ ਕਾਦੇ ਬਰਾਬਰ ਹੋਏਗਾ ਡਿਫਲੈਕਟਿੰਗ ਟਾਰਕ ਸਾਨੂੰ ਪਤਾ ਹੈ ਇਦਰ ਫੋਰਸ दैट इज f ਮਲਟੀਪਲਾਈ ਵਿਦ ਪਰਪੈਂਡੀਕੂਲਰ ਡਿਸਟੈਂਸ ਪਰਪੈਂਡੀਕੂਲਰ ਡਿਸਟੈਂਸ ਇੱਥੇ ਕਿੰਨਾ ਹੈ b cos α ਹੈ ਔਰ ਜੋ ਫੋਰਸ ਹੈ ਉਹਦਾ ਸਾਡੇ ਕੋਲ ਕੀ ਐਕਸਪ੍ਰੈਸ਼ਨ ਹੈ ਅਸੀਂ ਇੱਥੇ ਨਿਕਾਲ ਚੁੱਕੇ ਆ n b i l ਹੈ ਨਾਲ ਸਾਡੇ ਕੋਲ ਕੀ ਹੋ ਗਿਆ b ਹੋ ਗਿਆ ਨਾਲ ਆ ਜਾਏਗਾ cos α l x b ascii ਕੀ ਲਿਖ ਦਾਂਗੇ ਏਰੀਆ ਲਿਖ ਦਾਂਗੇ ਤਾਂ ਕੀ ਆ ਜਾਏਗਾ n b i a cos α a ਹੈ ਸਾਡੇ ਕੋਲ ਡਿਫਲੈਕਟਿੰਗ ਟਾਰਕ ਅਸੀਂ ਇੱਥੇ ਡਿਫਲੈਕਟਿੰਗ ਟਾਰਕ ਦੀ ਵੈਲਿਊ ਪੁੱਟ ਕਰਾਂਗੇ ਨਾਲ ਹੀ ਸਾਨੂੰ ਕੀ ਚਾਹੀਦਾ ਹੈ ਇੱਥੇ ਰੀਸਟੋਰਿੰਗ ਟਾਰਕ ਦਾ ਐਕਸਪ੍ਰੈਸ਼ਨ ਤਾਂ ਅਸੀਂ ਇੱਥੇ ਰੀਸਟੋਰਿੰਗ ਟਾਰਕ ਦਾ ਐਕਸਪ੍ਰੈਸ਼ਨ ਲਿਖ ਦਾਂਗੇ ਜੋ ਰੀਸਟੋਰਿੰਗ ਟਾਰਕ ਹੈ ਇਹ ਸਾਡੇ ਕੋਲ ਕਾਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਮਤਲਬ ਕਿਸ ਤਰ੍ਹਾਂ ਇਹਦੀ ਵੈਲਿਊ ਇਨਕਰੀਜ਼ ਕਰੇਗੀ ਜਾਂ ਕਿਹਦੇ ਉੱਪਰ ਇਹ ਪ੍ਰੋਪੋਰਸ਼ਨਲ ਹੈ ਤਾਂ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਗਲ α ਠੀਕ ਹੈ α ਮਤਲਬ ਸਾਡੇ ਕੋਲ ਇਹ ਵਾਲਾ ਜੋ ਐਂਗਲ ਬਣਿਆ ਹੈ ਜਦੋਂ ਅਸੀਂ ਕਹੀਏ ਵਾਇਰ ਜਿਹੜੀ ਹੈ ਇਸ ਤਰ੍ਹਾਂ ਟਵਿਸਟ ਕਰ ਰਹੀ ਹੈ ਤਾਂ ਜਿਹੜਾ ਐਂਗਲ ਬਣਦਾ ਹੈ α ਉਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਰੀਸਟੋਰਿੰਗ ਟਾਰਕ ਤਾਂ ਅਸੀਂ ਇੱਥੇ ਰੀਸਟੋਰਿੰਗ ਟਾਰਕ ਲਿਖ ਕੇ ਇੱਥੇ ਪ੍ਰੋਪੋਰਸ਼ਨੈਲਿਟੀ ਦਾ ਸਿੰਬਲ ਹਟਾ ਕੇ ਕਨਸਟੈਂਟ ਲਿਖਤਾ ਔਰ ਨਾਲ ਅਸੀਂ α ਲਿਖ ਦਿੱਤਾ α ਇੱਥੇ ਕੀ ਹੈ ਜੋ ਐਂਗਲ ਹੈ ਔਰ ਐਂਗਲ ਨੂੰ ਅਸੀਂ ਕੀ ਕਹਿ ਸਕਦੇ ਆ ਰੀਸਟੋਰਿੰਗ ਟਾਰਕ ਪਰ ਯੂਨਿਟ ਟਵਿਸਟ ਮਤਲਬ ਇੱਕ ਟਵਿਸਟ ਦੇ ਲਈ ਕਿੰਨੀ ਜਿਹੜੀ ਹੈ ਟਾਰਕ ਲੱਗ ਰਹੀ ਹੈ ਔਕਾਦੇ ਤੇ ਡਿਪੈਂਡੈਂਟ ਹੈ ਐਂਗਲ ਤੇ ਡਿਪੈਂਡੈਂਟ ਹੈ ਹੁਣ ਅਸੀਂ ਰੀਸਟੋਰਿੰਗ ਟਾਰਕ ਦਾ ਫਾਰਮੂਲਾ ਵੀ ਲਿਖ ਦਿੱਤਾ ਡਿਫਲੈਕਟਿੰਗ ਟਾਰਕ ਵੀ ਲਿਖ ਦਿੱਤੀ ਇਹਨਾਂ ਨੂੰ ਦੋਨਾਂ ਨੂੰ ਅਸੀਂ ਇਕੁਏਟ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਏਗਾ ਇੱਥੇ ਐਨ ਬੀ ਆਈ a cos α k α ਉਨਸ ਤੋਂ ਬਾਅਦ ਇਥੋਂ ਆਏ ਨੂੰ ਕੈਲਕੂਲੇਟ ਕਰ ਲੈਣੇ ਆ ਇਹਨੂੰ ਆਊਟਸਾਈਡ ਤੇ ਲੈ ਕੇ ਚੱਲਾਂਗੇ ਤਾਂ ਕੀ ਆ ਜਾਏਗਾ ਕੇ ਦੇ نیچے ਅਸੀਂ ਲਿਖਣਾ ਹੈ ਐਨ ਬੀਏ ਨੂੰ ਔਰ ਅਲਫਾ ਦੇ نیچے ਅਸੀਂ ਲਿਖਣਾ ਹੈ cos α 1 ਠੀਕ ਹੈ ਜੀ ਹੁਣ ਅਸੀਂ ਬੋਲਾਂਗੇ ਜੋ ਇਹ ਚੀਜ਼ ਹੈ that is a constant के कांस्टेंट है नंबर ऑफ टर्न्स कांस्टेंट होन गया एरिया भी कांस्टेंट है मैग्नेटिक फील्ड भी कांस्टेंट है ता असि लिखांगे करंट इज डायरेक्टली प्रोपोर्शनल टू अल्फा एंड इनवर्सली प्रोपोर्शनल टू कॉस ऑफ एंगल अल्फा ठीक है ता इत्थू असि की कंक्लूजन कडया कि जेड़ा ਅਲਫਾ ਹੈ ਅਲਫਾ ਨੂੰ ਐਂਗਲ ਵੀ ਕਹਿ ਸਕਦੇ ਆ ਦੂਜੀ ਗੱਲ ਅਸੀਂ ਇਹਨੂੰ ਡਿਫਲੈਕਸ਼ਨ ਵਰਡ ਦੇ ਨਾਲ ਅਗਰ ਯੂਜ਼ ਕਰੀਏ ਅਲਫਾ ਦੇ ਲਈ ਤਾਂ ਜ਼ਿਆਦਾ ਬੈਟਰ ਹੋਏਗਾ ਐਂਗਲ ਅਲਫਾ ਲਈ ਡਿਫਲੈਕਸ਼ਨ ਕਿਉਂਕਿ ਦੇਖੋ ਐਂਗਲ ਅਲਫਾ ਕਦੋਂ ਆਏਗਾ ਜਦੋਂ ਡਿਫਲੈਕਸ਼ਨ ਹੋਏਗੀ ਨੀਡਲ 'ਚ ਤਾਂ ਐਂਗਲ ਆਏਗਾ ਤਾਂ ਜਿੱਥੇ ਵੀ ਅਲਫਾ ਲਿਖਿਆ ਹੈ that is the deflection right ਹੁਣ ਅਸੀਂ ਕਵਾਂਗੇ ਕਿ ਦੇਖੋ ਕਰ ਜੋ ਮੂਵਿੰਗ ਕੋਇਲ ਗਲਵੈਨੋਮੀਟਰ ਹੈ ਉਹਦੇ ਨਾਲ ਕੀ ਚੀਜ਼ ਮੈਜ਼ਰ ਹੋ ਰਹੀ ਹੈ ਕਰੰਟ ਜਦੋਂ ਕਰੰਟ ਮੈజర్ ਹੋਏਗਾ ਜਦੋਂ ਕੋਇਲ ਜਿਹੜੀ ਹੈ ਰੋਟੇਟ ਕਰੇਗੀ ਮਤਲਬ ਡਿਫਲੈਕਟ ਕਰੇਗੀ ਤਾਂ ਇਟ ਮੀਨਸ ਜੋ ਇਹਦਾ ਐਕਸਪ੍ਰੈਸ਼ਨ ਆਉਣਾ ਚਾਹੀਦਾ ਸੀ ਉਹ ਆਉਣਾ ਚਾਹੀਦਾ ਸੀ ਆਈ ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਅਲਫਾ ਮਤਲਬ ਜਿੰਨਾ ਕਰੰਟ ਹੈ ਉਹ ਕਾਦੇ ਤੇ ਪ੍ਰੋਪੋਰਸ਼ਨਲ ਹੋਣਾ ਚਾਹੀਦਾ ਸੀਗਾ ਡਿਫਲੈਕਸ਼ਨ ਤੇ ਮਤਲਬ ਜਿੰਨੀ ਕੋਇਲ ਡਿਫਲੈਕਟ ਕੀਤੀ ਉਹਨਾਂ ਹੀ ਕਰੰਟ ਹੋਣਾ ਚਾਹੀਦਾ ਸੀ ਪਰ ਇੱਥੇ ਇੱਕ ਫੈਕਟਰ ਹੈ ਇਹ ਫੈਕਟਰ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ ਹੁਣ ਅਸੀਂ ਬੋਲਾਂਗੇ ਸਾਡੇ ਕੋਲ ਡਾਇਰੈਕਟ ਰਿਲੇਸ਼ਨ ਨਹੀਂ ਹੈ ਉਹਦਾ ਕੀ ਰੀਜ਼ਨ ਹੋਏਗਾ ਠੀਕੇ ਡਾਇਰੈਕਟ ਆਣੀ ਚਾਹੀਦੀ ਸੀ ਪਰ ਨਹੀਂ ਆਈ ਅਸੀਂ ਉਹਨੂੰ ਓਵਰਕਮ ਕਰਨ ਦੇ ਲਈ ਇੱਥੇ ਜੋ ਅਸੀਂ ਲੈ ਕੇ ਚੱਲ ਰਹੇ ਆ ਪੋਲਸ ਲੈ ਕੇ ਚੱਲ ਰਹੇ ਆ ਮੈਗਨੇਟਿਕ ਪੋਲਸ ਉਹਨਾਂ ਨੂੰ ਅਸੀਂ ਥੋੜਾ ਜਿਹਾ ਕਰਵਡ ਲੈ ਕੇ ਚੱਲਾਂਗੇ ਠੀਕ ਹੈ ਕਰਵਡ ਹੋਣ ਦੇ ਨਾਲ ਸਾਡੇ ਕੋਲ ਜਿਹੜਾ ਮੈਗਨੇਟਿਕ ਫੀਲਡ ਪ੍ਰੋਡਿਊਸ ਹੋਏਗਾ ਕਿਉਂਕਿ ਮੈਗਨੇਟ ਹੈ ਤਾਂ ਨੇਚਰਲੀ ਕੀ ਪ੍ਰੋਡਿਊਸ ਹੋਏਗਾ ਮੈਗਨੇਟਿਕ ਫੀਲਡ ਉਹ ਜਿਹੜਾ ਮੈਗਨੇਟਿਕ ਫੀਲਡ ਹੋਏਗਾ ਉਹ ਟੂਵਰਡਸ ਦੀ ਰੇਡੀਅਸ ਐਕਟ ਕਰੇਗਾ ਮਤਲਬ ਰੇਡੀਅਲ ਮੈਗਨੇਟਿਕ ਫੀਲਡ ਹੋਏਗਾ ਠੀਕ ਹੈ ਕਿਦੇ ਟੂਵਰਡਸ ਦੀ ਰੇਡੀਅਸ ਇਹ ਜੋ ਅਸੀਂ ਇੱਥੇ ਕਨਸਿਡਰ ਕੀਤਾ ਹੈ ਸਿਲੰਡਰ ਸਾਫਟ ਆਇਰਨ ਕੋਰ ਦਾ ਇਹਦੇ ਰੇਡੀਅਸ ਦੀ ਤਰਫ ਐਕਟ ਕਰੇਗਾ ਅਸੀਂ ਬੋਲਾਂਗੇ ਮੈਗਨੇਟਿਕ ਫੀਲ ਹੁਣ ਉਹਨੂੰ ਅਸੀਂ ਇਸ ਤਰ੍ਹਾਂ ਇੱਥੇ ਦਿਖਾ ਸਕਦੇ ਆ ਵਿਜੂਅਲਾਈਜ਼ ਕਰਕੇ ਥੋੜਾ ਜਿਹਾ ਸਾਫਟ ਆਇਰਨ ਕੋਰ ਦਾ ਕੁਝ ਪਾਰਟ ਅਸੀਂ ਇੱਥੇ ਲੈ ਕੇ ਚੱਲੇ ਜੋ ਅਸੀਂ ਵਿਜੂਅਲਾਈਜ਼ ਕਰ ਸਕਦੇ ਆ ਉੱਪਰਲੀ ਡਾਇਰੈਕਸ਼ਨ ਤੋਂ ਔਰ ਕਰਵਡ ਜੋ ਹੈ ਲੈ ਕੇ ਚੱਲ ਰਹੇ ਆ ਅਸੀਂ ਇੱਥੇ ਮੈਗਨੇਟਿਕ ਪੋਲਸ ਨੂੰ ਠੀਕ ਹੈ ਨਾਰਥ ਹੋ ਗਿਆ ਸਾਊਥ ਹੋ ਗਿਆ ਇਹ ਸਾਡੇ ਕੋਲ ਕੀ ਹੋ ਗਿਆ ਸਾਫਟ ਆਇਰਨ ਕੋਰ ਹੁਣ ਮੈਗਨੇਟਿਕ ਫੀਲਡ ਕਿਸ ਤਰ੍ਹਾਂ ਐਕਟ ਕਰੇਗਾ ਸੌਫਟ ਆਇਰਨ ਕੋਰ ਦੇ ਪਹਿਲਾਂ ਤਾਂ ਅਸੀਂ ਕੀ ਬਣਾ ਦਾਂਗੇ ਇੱਥੇ ਕਿਉਂਕਿ ਇਹ ਇਹਦੇ ਉੱਪਰ ਕਿਨੂੰ ਵਾਉਂਡ ਕੀਤਾ ਗਿਆ ਹੋਇਆ ਹੈ ਕੋਇਲ ਨੂੰ ਤਾਂ ਕੋਇਲ ਦੇ ਉੱਪਰ ਕਿਹੜੀਆਂ ਦੋ ਫੋਰਸੇਜ਼ ਲੱਗ ਰਹੀਆਂ ਹਨ ਉਹ ਅਸੀਂ ਇੱਥੇ ਬਣਾਤੀਆਂ ਇਸ ਤਰ੍ਹਾਂ ਠੀਕ ਹੈ ਨਾ ਕਿਉਂਕਿ ਆਇਰ ਜੋ ਸੌਫਟ ਆਇਰਨ ਦਾ ਇਹ ਸਿਲੰਡਰ ਹੈ ਇਹਦੇ ਉੱਪਰ ਕੋਇਲ ਵਾਉਂਡ ਹੈ ਜਿਹੜੀ ਕੋਇਲ ਕੀ ਕਰੇਗੀ ਰੋਟੇਟ ਕਰੇਗੀ ਔਰ ਅਗਰ ਕੋਇਲ ਦੀ ਗੱਲ ਕਰਾਂਗੇ ਤਾਂ ਇਹ ਵਾਲੀਆਂ ਫੋਰਸੇਜ਼ ਤੁਹਾਨੂੰ ਦੱਸਣੀਆਂ ਪਊਗੀਆਂ ਇਕੁਵਲੈਂਟ ਆਪੋਜ਼ਿਟ ਜਿਹਦੇ ਕਾਰਨ ਟਾਰਕ ਐਕਟ ਕਰੇਗਾ ਔਰ ਇਹ ਰੋਟੇਟ ਕਰੇਗੀ ਕੋਇਲ ਠੀਕ ਹੈ ਜੀ ਹੁਣ ਅਸੀਂ ਕਵਾਂਗੇ ਇਹ ਜੋ ਮੈਗਨੇਟਸ ਹੈ ਇਹ ਜਿਹੜੇ ਹੈ ਸਾਡੇ ਕੋਲ करवड हो गए ये कारण मैगनैटिक फील्ड जोड़ा है कुछ इस तरह एक्ट करेगा रेडियली एक्ट करेगा मैगनैटिक फील्ड नॉर्थ पोल तो हमेशा ओरिजिनेट होके साउथ पोल से अं बोल दें ये चीज़ जड़ी है एंड करेगी पोल्स जोड़े है एंड करन ठीक है कुछ इस तरह राइट ਹੁਣ ਅਸੀਂ ਕੀ ਬੋਲਦਾਂਗੇ ਇਹ ਜਿਹੜਾ ਮੈਗਨੇਟਿਕ ਫੀਲਡ ਹੈ ਇਹਨੂੰ ਅਸੀਂ ਬੋਲ ਦਿੰਨੇ ਆ ਰੇਡੀਅਲ ਮੈਗਨੇਟਿਕ ਫੀਲਡ ਹੁਣ ਇਹਦਾ ਕੀ ਅਸਰ ਹੋਏਗਾ ਸਾਡੇ ਕੋਲ ਇੱਥੇ ਚੇਂजेस ਕੀ ਹੋਣਗੀਆਂ ਸਾਡੇ ਕੋਲ ਇੱਥੇ ਅਸੀਂ ਕੀ ਲਿਖ ਦਾਂਗੇ ਕਿ ਸਾਡੇ ਫਿਰ ਦੁਬਾਰਾ ਉਹੀ ਚੀਜ਼ ਹੀ ਆਏਗੀ ਉਦੋਂ ਤੱਕ ਅਸੀਂ ਕਵਾਂਗੇ ਰੋਟੇਟ ਕਰੇਗਾ ਜਦੋਂ ਤੱਕ ਡਿਫਲੈਕਟਿੰਗ ਟਾਰਕ ਇਕਵਲ ਟੂ ਰੀਸਟੋਰਿੰਗ ਟਾਰਕ ਨਹੀਂ ਹੋ ਜਾਂਦਾ ਠੀਕ ਹੈ ਹੁਣ ਅਸੀਂ 익ਸਪ੍ਰੈਸ਼ਨਸ ਦੇ ਵਿੱਚ ਦੇਖਦੇ ਹਾਂ ਕੀ ਚੇਂਜਸ ਹੋਣਗੇ ਹੁਣ ਟਾਰਕ ਜਿਹੜੀ ਹੈ ਡਿਫਲੈਕਟਿੰਗ ਟਾਰਕ ਹੈ ਡਿਫਲੈਕਟਿੰਗ ਟਾਰਕ ਉਹਦਾ ਫਾਰਮੂਲਾ ਚੇਂਜ ਹੋ ਜਾਏਗਾ ਇਹਦੇ ਚ ਇਦਰ ਫੋਰਸ ਔਰ ਉਹਨੂੰ ਕਾਦੇ ਨਾਲ ਮਲਟੀਪਲਾਈ ਕਰਨਾ ਹੈ ਪਰਪੈਂਡੀਕੂਲਰ ਡਿਸਟੈਂਸ ਦੇ ਨਾਲ ਹੁਣ ਦੇਖੋ ਫੋਰਸ ਦਾ ਐਕਸਪ੍ਰੈਸ਼ਨ ਕੀ ਹੈਗਾ ਐਨ ਬੀ ਆਈ ਐਲ ਹੁਣ ਪਰਪੈਂਡੀਕੂਲਰ ਡਿਸਟੈਂਸ ਦੇਖਣਾ ਅਸੀਂ ਇੱਥੇ ਪਰਪੈਂਡੀਕੂਲਰ ਡਿਸਟੈਂਸ ਇੱਥੇ ਇਹਨਾਂ ਇਹਨਾਂ ਦੋ ਫੋਰਸਸ ਦੇ ਵਿੱਚਲਾ ਇਹੀ ਹੋਏਗਾ दोबारा तो प्रपेंडिकुलर ड्रॉ करने की जरूरत नहीं है यही प्रपेंडीकूलर डिस्टेंस है और इन असी की कंसिडर किया होीसिडर किया है तो इतने बी कोज अल्फा नहीं लिखा जाएगा इतने सिंपली बी लिखा जाएगा ठीक है एल क्रॉस बी की हो जाएगा ए हो जाएगा ए हो गया डिफलैक्टिंग टोर्क और रीस्टोरिंग टॉर्क का तो उ एक्सप्रैशन रहेगा k α ਹੁਣ ਅਸੀਂ ਇਹਨਾਂ ਨੂੰ ਇਕੁਏਟ ਕਰ ਦਾਂਗੇ ਤਾਂ ਸਾਡਾ ਉਹ ਪ੍ਰੋਬਲਮ ਜਿਹੜੀ ਆ ਰਹੀ ਸੀ ਉਹ ਕੀ ਹੈ ਓਵਰਕਮ ਹੋ ਜਾਏਗੀ i ਕਾ ਦੇ ਬਰਾਬਰ ਹੋ ਜਾਏਗਾ k n ba α and it is a constant ਤਾਂ ਕੀ ਇੱਥੇ ਪ੍ਰੂਫ ਹੋ ਗਿਆ ਕਿ ਕਰੰਟ ਫਲੋਇੰਗ ਇਨ ਦੀ ਸਰਕਟ ਜੋ ਵੀ ਹੈ ਜਿਹਨੂੰ ਅਸੀਂ ਮੈਜ਼ਰ ਕਰਦੇ ਆਂ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਨਾਲ ਤਾਂ ਉਹ ਕਾ ਦੇ ਬਰਾਬਰ ਹੈ ਕੋਇਲ ਦੇ ਵਿੱਚ ਕਿੰਨੀ ਡਿਫਲੈਕਸ਼ਨ ਹੋਈ that is angle α ਦੇ ਬਰਾਬਰ ਹੈ ਠੀਕ ਹੈ ਔਰ ਅਸੀਂ ਇੱਥੇ ਜੋ ਇਹ ਵਾਲਾ ਕਨਸਟੈਂਟ ਹੈ ਨੂੰ ਅਸੀਂ ਜੀ ਦੇ ਨਾਲ ਵੀ ਲਿਖ ਸਕਦੇ ਹਾਂ ਗਲਵੈਨੋਮੀਟਰ ਕਨਸਟੈਂਟ ਆ ਜੀ ਲਿਖ ਸਕਦੇ ਹਾਂ ਕਿਉਂਕਿ ਕੇ ਵੀ ਕਨਸਟੈਂਟ ਹੈ ਨਾ ਸਾਰਿਆਂ ਦੀ ਜਗ੍ਹਾ ਤੇ ਜੀ ਲਿਖ ਕੇ ਉਹਨੂੰ ਅਸੀਂ ਕੀ ਕਹਿ ਸਕਦੇ ਹਾਂ ਗਲਵੈਨੋਮੀਟਰ ਕਨਸਟੈਂਟ ਵੀ ਬੋਲ ਸਕਦੇ ਹਾਂ ਹੁਣ ਇਸ ਤੋਂ ਬਾਅਦ ਹੈ ਇੱਕ ਦੋ ਡੈਫੀਨੇਸ਼ਨਸ ਹੈ ਸਾਡੇ ਕੋਲ ਇੱਥੇ ਇੱਕ ਤਾਂ ਹੈ ਸਾਡੇ ਕੋਲ ਸੈਂਸਿਟੀਵਿਟੀ ਦਾ ਕੀ ਮਤਲਬ ਹੈ ਕੀ ਗਲਵੈਨੋਮੀਟਰ ਨੂੰ ਅਸੀਂ ਸੈਂਸਿਟਿਵ ਕਿਉਂ ਕਹਿੰਦੇ ਆ ਸੈਂਸਿਟੀਵਿਟੀ ਦੀ ਡੈਫੀਨੇਸ਼ਨ ਹੈ ਸਾਡੇ ਕੋਲ ਕਿ ਜਿਹੜਾ ਗਲਵਾਨੋਮੀਟਰ ਹੈ ਉਹਨੂੰ ਸੈਂਸਿਟਿਵ ਕਿਹਾ ਜਾਂਦਾ ਹੈ ਕਦੋਂ ਅਗਰ ਉਹ ਲਾਰਜ ਡਿਫਲੈਕਸ਼ਨ ਦੇ ਮਤਲਬ ਜਿਹੜੀ ਗਲਵਾਨੋਮੀਟਰ ਦੀ ਨੀਡਲ ਹੈ ਜਾਂ ਕੋਇਲ ਹੈ ਉਹ ਬਹੁਤ ਜ਼ਿਆਦਾ ਡਿਫਲੈਕਟ ਕਰਦੀ ਹੈ ਜਦੋਂ ਇਵਨ ਸਮਾਲ ਕਰੰਟ ਪਾਸ ਕਰੇ ਜਾਂ ਸਮਾਲ ਵੋਲਟੇਜ ਵੀ ਹੋਏ ਮਤਲਬ ਥੋੜੇ ਜੇ ਕਰੰਟ ਦੇ ਪਿੱਛੇ ਵੀ ਲਾਰਜ ਡਿਫਲੈਕਸ਼ਨ ਹੋਏ ਉਹਨੂੰ ਅਸੀਂ ਬੋਲਦੇ ਹਾਂ ਸੈਂਸਿਟੀਵਿਟੀ ਨੈਕਸਟ ਹੈਗਾ ਕਰੰਟ ਸੈਂਸਿਟੀਵਿਟੀ ਕਰੰਟ ਸੈਂਸਿਟੀਵਿਟੀ ਦਾ ਮਤਲਬ ਕੀ ਹੈ ਕਿ ਡਿਫਲੈਕਸ਼ਨ ਪ੍ਰੋਡਿਊਸਡ ਇਨ ਗਲਵੈਨੋਮੀਟਰ ਜਦੋਂ ਯੂਨਿਟ ਕਰੰਟ ਪਾਸ ਕਰੇਗਾ ਕਿਸੇ ਕੋਇਲ ਦੇ ਵਿੱਚ ਮਤਲਬ ਕੋਇਲ ਚ ਕਿੰਨਾ ਕਰੰਟ ਪਾਸ ਕਰਨਾ ਚਾਹੀਦਾ ਹੈ ਯੂਨਿਟ ਕਰੰਟ ਫਲੋ ਕਰਨਾ ਚਾਹੀਦਾ ਹੈ ਤਾਂ ਉਸ ਟਾਈਮ ਤੇ ਜੋ ਡਿਫਲੈਕਸ਼ਨ ਹੋਏਗੀ ਉਹਨੂੰ ਅਸੀਂ ਕੀ ਬੋਲ ਦਾਂਗੇ ਕਰੰਟ ਸੈਂਸਿਟੀਵਿਟੀ ਬੋਲ ਦਾਂਗੇ ਠੀਕ ਹੈ ਜੀ ਔਰ ਇਹਨੂੰ ਅਸੀਂ ਕਿਸ ਐਕਸਪ੍ਰੈਸ਼ਨ ਤੋਂ ਇਹਦਾ ਫਾਰਮੂਲਾ ਕਿਸ ਐਕਸਪ੍ਰੈਸ਼ਨ ਤੋਂ ਕੱਢਣਾ ਹੈ ਅਸੀਂ ਇੱਥੇ ਕੀ ਲਿਖ ਦਾਂਗੇ ਸਾਡੇ ਕੋਲ ਜੋ ਪਹਿਲਾਂ ਐਕਸਪ੍ਰੈਸ਼ਨ ਅਸੀਂ ਲਿਖਿਆ ਸੀ ਉਹਨੂੰ ਦੁਬਾਰਾ ਲਿਖ ਦਈਏ i k nba α ਇੱਥੋਂ ਅਸੀਂ ਕੀ ਕਰਾਂਗੇ α ਦੇ نیچے i ਨੂੰ ਲੈ ਕੇ ਚੱਲ ਜਾਾਂਗੇ ਔਰ ਇਹ ਵਾਲੀ ਟਰਮ ਨੂੰ ਇਸ ਸਾਈਡ ਤੇ ਲੈ ਆਏ nba k α i ਔਰ ਇਹਨੂੰ ਅਸੀਂ ਕਰੰਟ ਸੈਂਸਿਟੀਵਿਟੀ ਕਹਿੰਦੇ ਆ ਕਿਉਂਕਿ ਕਰੰਟ ਸੈਂਸਿਟੀਵਿਟੀ ਦੀ ਡਿਫੀਨੇਸ਼ਨ ਕੀ ਆ ਡਿਫਲੈਕਸ਼ਨ ਡਿਫਲੈਕਸ਼ਨ ਮਤਲਬ ਅਲਫਾ ਡਿਵਾਈਡਿਡ ਬਾਈ ਯੂਨਿਟ ਕਰੰਟ ਕਰੰਟ ਮਤਲਬ ਆ ਤਾਂ ਅਲਫਾ ਬਾਈ ਆਈ ਇਸ ਅ ਕਰੰਟ ਸੈਂਸਿਟੀਵਿਟੀ ਇਸੇ ਤਰ੍ਹਾਂ ਵੋਲਟੇਜ ਸੈਂਸਿਟੀਵਿਟੀ ਹੈ ਵੋਲਟੇਜ ਸੈਂਸਿਟੀਵਿਟੀ ਦਾ ਮਤਲਬ ਡਿਫਲੈਕਸ਼ਨ ਪ੍ਰੋਡਿਊਸ ਕੀਤੀ ਗਲਵੈਨੋਮੀਟਰ 'ਚ ਜਦੋਂ ਯੂਨਿਟ ਵੋਲਟੇਜ ਜੜੀ ਹੈ ਉਹ ਕੀ ਹੈ ਕਿਸੇ ਕੋਇਲ ਦੇ ਅਕ੍ਰੋਸ ਜੋ ਅਸੀਂ ਬੋਲਦੇ ਆ ਐਪਲਾਈ ਹੋਏਗੀ ਇਹਨੂੰ ਅਸੀਂ ਕੀ ਬੋਲਦਾਂਗੇ ਵੋਲਟੇਜ ਸੈਂਸਿਟੀਵਿਟੀ ਠੀਕ ਹੈ ਜੀ ਔਰ ਇੱਥੇ ਅਸੀਂ V ਦੀ ਜਗ੍ਹਾ ਤੇ I R V ਪੁੱਟ ਕਰ ਸਕਦੇ ਆ ਤਾਂ ਸਾਡੇ ਕੋਲ ਇੱਥੇ ਵੋਲਟੇਜ ਸੈਂਸਿਟੀਵਿਟੀ ਦਾ ਐਕਸਪ੍ਰੈਸ਼ਨ ਕੀ ਹੋ ਜਾਏਗਾ V ਦੀ ਜਗ੍ਹਾ ਤੇ ਅਸੀਂ ਕੀ ਪੁੱਟ ਕਰ ਸਕਦੇ ਆ I R ਪੁੱਟ ਕਰਦੇ ਹੀ ਤਾਂ ਕੀ ਆ ਜਾਏਗਾ α I आर आ जाएगा आए की वैल्यू अं इतने निकाल चुके हैं या अं कहील्फापोन आए की वैल्यू अं की निकाल चुके हैं एन बी ए बाय के तो एन बी ए बाय के आर जो है साढ़े कोल की आ जाएगा वोल्टेज सेंसिटिविटी ठीक है जी